सेहत मंत्री पंजाब बलबीर सिंह सिद्धू दे भरा अमरजीत सिंह जीती सिद्धू नूं मोहाली नगर निगम दे नवे मेयर वजो चुनिया गया है। इस तों इलावा सीनियर डिप्टी मेयर अमरीत सिंह सोमल अते डिप्टी मेयर लई कुलजीत सिंह बेदी नूं चुनिया गया। इस चोण तों पहलां भी सीनियर कांग्रेसी आगू अते सीनियर डिप्टी मेयर ऋषभ जैन अते लगातार चौथी बार कौंसलर बने। उन्हां दी पत्नी राज राणी वल्लों मीटिंग विच उन्हां नूं नज़रअंदाज करदिआं मेयर लई इक नवां चेहरे नूं मौका देण दे चलदिआं मीटिंग विचों बाहर आ गए। लगातार मैं कौंसलर चुन के आया है और जमा इग्नोर किया जिहड़े पार्टी च बहुत पिछे आए हैं उन्होंने अगे ज्यादा जिहड़े अगे है उन्होंने पिछे किया, इसलिए असी मीटिंग अटेंड नहीं की और सौ चक्के असी अपने घर वापसी जा रहे हैं। बाकी जो अगला प्रोग्राम है साथ दोंगे तुसी साथ दोंगे प्रेसिडेंट दा साथ दोंगे मीटिंग की है इसको लेके पहला कोई फैसला नहीं होया इत्थे दस्या और तुहाडा ना हुण कौन कौन आया भला पार्टी हाई कौन तुहाडा ना हुण कौन आया भला अगला स्टेप की होगा कि ना बनना कितने ना कितने वो लगता है ਸਾਨੂੰ ਪਤਾ ਹੀ ਹੈ ਜੀ ਲੇਡੀ ਦਾ ਵੀ ਹੱਕ ਬਣਦਾ ਹੈ ਚਾਰ ਵਾਰੀ ਇੱਕ ਸਭ ਤੋਂ ਸੀਨੀਅਰ ਮੈਂ ਜਿੱਤੀ ਵੀ ਹੋਵੇ ਉਹਨੂੰ ਇਗਨੋਰ ਕੀਤਾ ਜਾਵੇ ਕਿਤੇ ਮਾੜੀ ਗੱਲ ਠੀਕ ਹੈ ਜੀ 50 ਐਮਸੀਆਂ ਦੇ ਸਾਰੇ ਤੋਂ ਸੀਨੀਅਰ ਮੈਂ ਹੈ ਇਸ ਟਾਈਮ ਚੌਥੀ ਵਾਰ ਜਿੱਤੀ ਹੋਈ ਹਾਂ ਇਹਨਾਂ ਨੇ ਜੈਨ ਸਾਹਿਬ ਨੂੰ ਵੀ ਇਨਕੋਰ ਉਹ ਕੀਤਾ ਤੇ ਮੈਨੂੰ ਵੀ ਤੇ ਇਹਨਾਂ ਨੇ ਬਹੁਤ ਕੇਸ਼ਾਈ ਕੀਤੀ ਅਗਲਾ ਸਟੈਪ ਕੀ ਹੋਏਗਾ ਮੈਡਮ ਤੁਹਾਡਾ ਅਗਲਾ ਸਟੈਪ ਆ ਚੁੱਕ ਕੇ ਅਸੀਂ ਵਾਪਸ ਆ ਅਗਲਾ ਸਟੈਪ ਕੀ ਹੋਏਗਾ ਹੁਣ ਕਾਂਗਰਸ 'ਚ ਰਹੋਗੇ ਠੀਕ ਕਾਂਗਰਸ 'ਚ ਰਹੋਗੇ ਤੁਸੀਂ ਹਾਂਜੀ ਸੋਚ ਕੇ ਦੱਸਾਂਗੇ ਜੀ ਜਦੋਂ ਸਰਕਾਰ ਆ ਜੀ ਹਾਂਜੀ ਲੇਡੀਜ਼ ਦਾ ਹੈ ਹੀ ਗਏ ਆ ਹਾਂ ਹਾਂ ਸਾਡੇ ਚਾਹੀਦੇ ਸੀਗੇ ਇਹਨਾਂ ਨੂੰ ਪਹਿਲਾਂ ਲੇਡੀਜ਼ ਦਾ ਕੱਢਣਾ ਸਾਡੇ ਨਾਲ ਇਹਨਾਂ ਨੇ ਜੋ ਸਰਕਾਰ ਇੱਕ ਪਾਸੇ ਕਹਿੰਦੇ 50% ਆਉਣੀ ਲੇਡੀਜ਼ ਹੈ ਲੇਡੀਜ਼ ਦਾ ਵੀ ਰਾਖਵਾ ਕਰ ਰਹੇ ਨੇ ਤਾਂ ਇਹਨਾਂ ਨੇ ਲੇਡੀਜ਼ ਨੂੰ ਇਗਨੋਰ ਕੀਤਾ ਹੈ ਇਗਨੋਰ ਕਰਕੇ ਅਸੀਂ ਚਾਹੁੰਦੇ ਸੀਗੇ ਵੀ ਰਿਸ਼ਭ ਜੈਨ ਦੀ ਮਿਸਿਜ ਨੂੰ ਪ੍ਰਧਾਨ ਬਣਾਉਂਦੇ ਉਹਦੇ ਬਾਅਦ ਜਿਹਨੂੰ ਮਰਜ਼ੀ ਡਿਪਟੀ ਮੇਅਰ ਕਰ ਦਿੰਦੇ ਅਸੀਂ ਉਹਦੇ ਵਿੱਚ ਐਗਰੀ ਸੀਗੇ ਹੁਣ ਉਹਨਾਂ ਦਾ ਵਿਰੋਧ ਅਸੀਂ ਕਰ ਰਹੇ ਹਾਂ ਜੀ ਸਰਕਾਰ ਦਾ ਜੀ ਇਹਨਾਂ ਨੇ ਗਲਤ ਕੰਮ ਕੀਤਾ ਹੈਗਾ ਅਸੀਂ ਬਾਈਕਾਟ ਕਰ ਰਹੇ ਹਾਂ ਜੇ ਉਹ 50% ਸੀਟਾਂ ਦੇਣੀਆਂ ਇੱਕ ਸਰਕਾਰੀ ਏਜੰਡਾ ਸੀਗਾ ਇਹਨਾਂ ਦਾ ਏਜੰਡਾ ਸੀਗਾ ਇਹਨਾਂ ਦਾ 50% ਸਰਕਾਰ ਦਾ ਤੇ ਦੂਜੀ ਗੱਲ ਆ ਹੁਣ 27 ਲੇਡੀਜ਼ ਅਸੀਂ ਘੱਟ ਪੋਜੀਸ਼ਨ ਦੇ ਵਿੱਚ ਆ ਲੇਡੀਜ਼ ਦਾ ਪਹਿਲਾ ਅਧਿਕਾਰ ਸੀਗਾ ਸਾਡਾ ਲੇਡੀਜ਼ ਦੇ ਵਿੱਚੋਂ ਅਸੀਂ ਰਿਸ਼ਭ ਜੈਨ ਜੀ ਮੈਨੂੰ ਜੀ ਇਹ ਗੱਲ ਤੁਹਾਨੂੰ ਸਾਰਾ ਮੀਡੀਆ ਨੂੰ ਪਤਾ ਕਿ ਲੇਡੀਜ਼ ਦੀ ਰਿਜ਼ਰਵੇਸ਼ਨ ਦੇ ਵਾਸਤੇ ਕਿੰਨਾ ਦੇਰ ਇਹ ਇਲੈਕਸ਼ਨ ਨੂੰ ਟਾਲਿਆ ਗਿਆ ਤਿੰਨ ਚਾਰ ਵਾਰ ਤਾਂ ਇਸ ਇਲੈਕਸ਼ਨ ਦੀ ਡੇਟ ਐਕਸਟੈਂਡ ਕੀਤੀ ਗਈ ਸਿਰਫ ਲੇਡੀਜ਼ ਦੀ ਰਿਜ਼ਰਵੇਸ਼ਨ ਦਾ ਫੈਸਲਾ ਨਹੀਂ ਸੀ ਹੋ ਰਿਹਾ ਸਾਨੂੰ ਵੀ ਉਮੀਦ ਸੀ ਕਿ ਪੰਜਾਬ ਦੇ ਵਿੱਚੋਂ ਘੱਟੋ ਘੱਟ 2 ਸੀਟਾਂ ਨਹੀਂ ਤਾਂ 1 ਸੀਟ ਜ਼ਰੂਰ ਲੇਡੀਜ਼ ਨੂੰ ਦਿੱਤੀ ਜਾਏਗੀ ਤੇ ਉਹਦੇ ਵਾਸਤੇ ਜਿਵੇਂ ਪਹਿਲਾਂ ਇਲੈਕਸ਼ਨ ਤੋਂ 50% ਲੇਡੀਜ਼ ਰਿਜ਼ਰਵੇਸ਼ਨ ਅਨਾਉਂਸ ਕਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਇਹਨਾਂ ਤਿੰਨਾਂ ਸੀਟਾਂ ਵਿੱਚੋਂ 1 ਜਾਂ 2 ਸੀਟਾਂ ਜਿਹੜੀਆਂ ਦੇਣੀਆਂ ਸੀ ਅਨਾਉਂਸ ਕਰਨੀਆਂ ਬਹੁਤ ਜ਼ਰੂਰੀ ਸੀ ਜਦੋਂ ਉਹਨਾਂ ਨੇ ਪ੍ਰਕਿਰਿਆ ਸਟਾਰਟ ਕੀਤੀ ਅਸੀਂ ਉਦੋਂ ਤੱਕ ਬੈਠੇ ਰਹੇ ਅਸੀਂ ਕੋਈ ਰੋਸ ਨਹੀਂ ਜ਼ਾਹਰ ਕੀਤਾ ਜਦੋਂ ਉਹਨਾਂ ਨੇ ਉਸ ਪ੍ਰਕਿਰਿਆ ਦੇ ਵਿੱਚ ਲੇਡੀਜ਼ ਦਾ ਨਾਂ ਲਏ ਬਿਨਾਂ ਹੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਸ਼ੁਰੂ ਕਰ ਦਿੱਤੀ ਤਾਂ ਸਾਨੂੰ ਰੋਸ ਆਇਆ ਕਿ ਜਿਹੜੀਆਂ 27 ਲੇਡੀ ਚੁਣ ਕੇ ਆਈਆਂ ਇਹਨਾਂ ਦੀ ਨੁਮਾਇੰਦਗੀ ਕੌਣ ਕਰੇਗਾ ਇਸ ਕਰਕੇ ਅਸੀਂ ਰੋਸ ਵਜੋਂ ਆਏ ਆ ਸਾਡਾ ਜਿਹੜਾ ਪ੍ਰਕਿਰਿਆ ਇਹ ਗਲਤ ਹੈ ਇਹ ਗੈਰ ਸੰਵਿਧਾਨਕ ਚੋਣ ਹੋਈ ਹੈ ਜਿਹੜੇ ਸੀਨੀਅਰ ਡਿਪਟੀ ਮੇਅਰ ਰਹੇ ਨੇ ਰਿਸ਼ਭ ਜੈਨ ਆਪਣੀ ਪਤਨੀ ਸਮੇਤ ਬਾਈਕਾਟ ਬਾਹਰ ਕਰਕੇ ਆਏ ਕਾਂਗਰਸ ਦੇ ਸੀਨੀਅਰ ਨੇਤਾ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਦੇਖਦਾ ਜੀ ਇੱਥੋਂ ਹੀ ਸਭ ਕੁਝ ਪਤਾ ਲੱਗਦਾ ਵੀ ਪਰਿਵਾਰਵਾਦ ਚੱਲ ਰਿਹਾ ਜੇ ਪਰਿਵਾਰਵਾਦ ਨਾ ਚੱਲਦਾ ਹੁੰਦਾ ਤਾਂ ਜਿਹੜਾ ਹੁਣੇ ਕਹਿ ਰਹੇ ਨੇ ਜਿਹੜੇ ਸੀਨੀਅਰ ਨੇ ਉਹਨਾਂ ਨੂੰ ਸਭ ਤੋਂ ਉੱਪਰ ਇੱਥੇ ਬਿਠਾਇਆ ਜਾਏਗਾ ਜੇ ਸੀਨੀਅਰ ਦੇ ਤੌਰ ਤੇ ਦੇਖਣਾ ਸੀ ਨਰੈਣ ਸਿੰਘ ਸਿੱਧੂ ਜੀ ਪਿਛਲੀ ਵਾਰ ਕੌਂਸਲਰ ਸੀ ਉਸ ਤੋਂ ਪਹਿਲਾਂ ਨਹੀਂ ਸੀ ਸੀਨੀਅਰ ਦੇ ਤੌਰ ਤੇ ਰਿਸ਼ਭ ਜੈਨ ਉੱਤੇ ਹੋਣਾ ਚਾਹੀਦਾ ਸੀ ਜਾਂ ਉਹਦੀ ਵਾਈਫ ਉੱਤੇ ਹੋਣੀ ਚਾਹੀਦੀ ਸੀ ਜਾਂ ਰਾਣਾ ਉੱਪਰ ਹੋਣਾ ਚਾਹੀਦਾ ਸੀਗਾ ਨਹੀਂ ਹੋਇਆ ਉਹਨਾਂ ਨੂੰ ਉਹ ਚਾਹੀਦਾ ਜਿਹੜਾ ਕਿ ਉਹਨਾਂ ਦੀ ਹਾਂ 'ਚ ਹਾਂ ਮਿਲਾਉਣ ਵਾਲਾ ਹੋਵੇ परिवार पालन वास्ते थोड़ा आंदा पॉलिटिक्स दे विच परिवार पालन वास्ते परिवार दे विच इह गल परिवार दे विच इह फैसला हो सकदा वी अंदरूनी है जी वड्डा बाप बन गया जां पुत बन गया पर सियासत दे विच इह डेमोक्रेटिक सिस्टम दे नाल ही बनदा जिहड़े 10-10 साल दे मतलब 4-4-5 बार दे एमसी बने हुए ने ते उहनां दा की कसूर है वी उह सिर्फ इहनां दे कपड़े धोण नूं रखे हुए ने बिल्कुल इह गलत है इसे करके तां असीं आए वी इह बिल्कुल इह डेमोक्रेटिक सिस्टम दा घाण कीता ते जिहड़े मतलब पहली वारी आया बंदा उहनूं अगे ते जिहड़ा 4-4 वारी उहनूं पिछे।